ਹਾਂਜੀ ਮਿੱਤਰੋ, ਤਾਂ ਸਤਿ ਸ੍ਰੀ ਅਕਾਲ। ਉਮੀਦ ਕਰਦਾ ਕਿ ਵਧੀਆ ਹੋਊਗੇ। ਬਾਕੀ ਸੁੱਚਾ ਸੂਰਮਾ ਤਾਂ ਆ ਹੀ ਗਈ ਆ, ਸਿਰਾ ਲੱਗ ਗਿਆ ਆ। ਅਤੇ ਅੱਜ ਬਾਈ ਗਿਆ ਸੀਗਾ, ਗੁਰੂ ਰੰਧਾਵਾ ਦੀ ਮੂਵੀ ਆ ਰਹੀ ਆ ਸ਼ਾਹਕੋਟ, ਜਿਹੜੀ ਕਿ 4 ਅਕਤੂਬਰ ਨੂੰ ਆ ਰਹੀ ਆ। ਤਾਂ ਬਾਈ ਉਹਦੀ ਪ੍ਰਮੋਸ਼ਨ ਕਰਨ ਉੱਥੇ ਗਿਆ ਸੀਗਾ, ਅਤੇ ਉੱਥੇ ਬਾਈ ਨੂੰ ਫੈਨ ਮਿਲੇ, ਅਤੇ ਫੈਨ ਬਾਈ ਨੂੰ ਕੀ ਕੁਛ ਕਹਿ ਰਹੇ ਅੱਗੇ ਤੁਹਾਨੂੰ ਵੀਡੀਓ 'ਚ ਦਿਖਾ ਦਿੰਦੇ ਹਾਂ। ਅਤੇ ਵੀਡੀਓ ਅੱਗੇ ਪੂਰੀ ਦੇਖ ਲਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਵੀ ਕਰ ਦਿਓ। ਅਤੇ ਅੱਗੇ ਬਾਈ ਦੀ ਮੂਵੀ ਹਿੱਟ ਗਈ ਆ, 16 ਕਰੋੜ ਸ਼ਾਇਦ ਕਮਾ ਲਏ ਇੱਕ ਹਫ਼ਤੇ 'ਚ। ਤਾਂ ਫੈਨਸ ਬਾਈ ਦੇ ਪਟਾਕੇ ਚਲਾ ਰਹੇ ਆ, ਤਾਂ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਅਤੇ ਹੋਰ ਬਾਈ ਗੁਰੂ ਰੰਧਾਵੇ ਦੇ ਨਾਲ ਉੱਥੇ ਪ੍ਰਮੋਸ਼ਨ ਕਰਨ ਗਿਆ ਸੀਗਾ, ਅਤੇ ਉਹਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ। ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ ਬਾਈ ਦੇ ਫੈਨ, ਅਤੇ ਸ਼ੇਅਰ ਕਰ ਦਿਓ ਜੀ ਵੀਡੀਓ ਪੂਰੀ ਦੇਖ ਕੇ। ਮਾਨ ਸਾਹਿਬ, ਸੁੱਚਾ ਸੂਰਮਾ ਦੇ ਹਿੱਟ ਹੋਣ ਦੀ ਬਹੁਤ ਬਹੁਤ ਵਧਾਈ ਹੋਵੇ। ਲੁੱਟੀਆਂ ਪਾ ਰਿਹਾ ਸਿਨੇਮੇ ਦੇ ਵਿੱਚ, ਤੇ ਭਾਜੀ ਸਾਰਿਆਂ ਦਾ ਨਾਮ ਤਾਂ ਮੈਂ ਗਿਲ ਸਾਹਿਬ ਖੜੇ ਸੀ ਇੱਥੇ, ਗਿਲ ਸਾਹਿਬ ਜੀ ਪਾਓ ਮੈਂ ਸਭ ਕਾ ਪਾਓ। ਮਾਨ ਸਾਹਿਬ ਜੀ ਦੁਆਰਾ ਸ਼ਾਹਕੋਟ ਮੂਵੀ ਦੀ ਬੇਸਿਕ ਲਾਂਚ ਅਤੇ ਪ੍ਰਮੋਸ਼ਨ। ਬੱਬੂ ਮਾਨ ਦੀ ਸੁੱਚਾ ਸੂਰਮਾ ਮੂਵੀ ਹਿੱਟ ਹੁੰਦੇ ਵੇਖੋ, 12.6 ਕਰੋੜ ਰੁਪਇਆ ਜਗਮਾਇਆ, ਅਤੇ ਬੱਬੂ ਮਾਨ ਦੇ ਫੈਨ ਵੇਖੋ ਵਸਤਬਾਜੀ ਚਲਾ ਰਹੇ ਆ। ਵੇਖੋ ਦੀਵਾਲੀ ਬਣਾ ਦੀ ਨਾ ਸੁੱਚਾ ਸੂਰਮਾ ਫਿਲਮ, ਇਹ ਹੁੰਦੀ ਫੈਨ ਫੋਲੋਇੰਗ ਬੱਬੂ ਮਾਨ ਦੀ। ਵੇਖੋ ਵੇਖੋ ਜੇ ਕੇਕ ਵੀ ਕੱਟੇ ਜਾਣਗੇ, ਮੂਵੀ ਸੁਪਰ ਬਲੋਕਬਸਟਰ ਹੋਵੇ ਫਿਰ ਕੇਕ ਵੀ ਕੱਟਾਂਗੇ ਆਪਾਂ। ਅੱਜ ਪਟਾਕੇ ਚੱਲ ਰਹੇ ਆ, 12.6 ਕਰੋੜ ਰੁਪਇਆ ਕਮਾ ਗਈ ਅੱਜ ਫਿਲਮ ਪਹਿਲੇ ਹਫ਼ਤੇ 'ਚ।